story. ਸਮਾਂ ਨਿਰੰਤਰ ਚੱਲਦਾ ਰਹਿੰਦਾ ਹੈ ਡੰਢੀ ਇਹ ਕਿਸੇ ਦੇ ਰੋਕਿਆ ਨਹੀਂ ਰੁਕਦਾ ਡੰਢੀ ਇਨਸਾਨ ਨੂੰ ਸਮੇਂ ਦੇ ਅਨਸਾਰ ਚੱਲਣਾ ਪੈਂਦਾ ਹੈ ਡੰਢੀ ਸਮੇਂ ਦੀਆਂ ਬਦਲਦੀਆਂ ਪਰ ਸਥਿਤੀਆਂ ਅਨਸਾਰ ਇਨਸਾਨ ਨੂੰ ਆਪਣੇ ਆਪ ਨੂੰ ਢਾਲਣਾ ਪੈਂਦਾ ਹੈ ਆਪਣੇ ਜੀਵਨ ਵਿੱਚ ਲੋੜਿੰਦੇ ਬਦਲਾਅ ਕਰਨੇ ਪੈਂਦੇ ਹਨ ਡੰਢੀ ਇਸ ਨਾਲ he in was sent ਦਾ ਜੀਵਨ ਦਾ ਪ੍ਰਵਾਹ ਚੱਲਦਾ ਹੈ ਡੰਢੀ ਇਹ ਪ੍ਰਵਾਹ ਰੁਕ ਜਾਵੇ ਤੇ ਫਿਰ ਮੌਤ ਹੈ ਡੰਢੀ ਘੜੀ ਦੀ ਹਰ ਇੱਕ ਟਿਕ ਨਾਲ ਸਾਡੇ ਸੁਵਾਸਾਂ ਦੀ ਪੂੰਜੀ ਘਟਦੀ ਜਾਂਦੀ ਹੈ ਡੰਢੀ ਇਹ ਜ਼ਿੰਦਗੀ ਦੀ اٹਲ ਸਚਾਈ ਹੈ ਡੰਢੀ ਜਿਵੇਂ ਕਿਸੇ ਸੀਮਤ ਚੀਜ਼ ਦੇ ਵਰਤੋਂ ਕਰਨੇ ਵਿੱਚ ਅਸੀਂ ਬੜਾ ਧਿਆਨ ਅਤੇ ਸਾਬ ਦਾਨੇ ਵਰਤਦੇ ਹਾਂ ਏਵੇਂ ਹੀ ਜ਼ਿੰਦਗੀ ਦੇ ਗੁਜ਼ਰਦੇ ਪਲਾਂ ਦੀ ਵੀ ਸੁਚੱਜੀ ਵਰਤੋਂ ਕਰਕੇ ਇਹਨਾਂ ਨੂੰ ਸਫਲ ਬਣਾਉਣਾ ਚਾਹੀਦਾ ਹੈ ਡੰਡਿੰਗ ਜ਼ਿੰਦਗੀ ਦੇ ਹਰ ਸਵਾਸ ਨੂੰ ਬਹੁਤ ਹੀ ਧਿਆਨ ਨਾਲ ਸਫਲਾ ਕਰਨਾ ਚਾਹੀਦਾ ਹੈ ਡੰਡਿੰਗ ਮਨੁੱਖੀ ਜੀਵਨ ਸਵਾਸਾਂ ਤੇ ਖੜਾ ਹੈ ਡੰਡਿੰਗ ਸਵਾਸਾਂ ਦੀ ਪੂੰਜੀ ਖਤਮ ਹੋਣ ਤੇ ਇਨਸਾਨ ਦੀ ਮੌਤ ਹੋ ਜਾਂਦੀ ਹੈ ਪਰ ਆਮ ਵੇਖਣ ਵਿੱਚ ਆਉਂਦਾ ਹੈ ਕਿ ਅਸੀਂ ਜ਼ਿੰਦਗੀ ਦੇ ਕੀਮਤੀ ਪਲਾਂ ਬਾਰੇ ਬੜੇ ਹੀ ਅਵੇਸਲੇ ਲਾਪਰਵਾਹ ਅਤੇ ਗافل ਹੁੰਦੇ ਹਾਂ ਡੰਢੀ ਇੱਕ ਵੀ ਮਾੜੀ ਘਟਨਾ ਸਾਡੇ ਨਾਲ ਵਾਪਰ ਜਾਵੇ ਤੇ ਅਸੀਂ ਉਸ ਨੂੰ ਆਪਣੇ ਜੀਵਨ ਨਾਲ ਗੰਡ ਮਾਰ ਕੇ ਬੈਠੇ ਜਾਂਦੇ ਹਾਂ ਡੰਢੀ ਇਹ ਘਟਨਾ ਫਿਰ Sardênia. ਤੇ ਮੰਨ ਤੇ ਭਾਰੂ ਹੋ ਜਾਂਦੀ ਹੈ ਤੇ ਸਾਡੇ ਤੇ ਬੋਝ ਬਣ ਜਾਂਦੀ ਹੈ ਡੰਡਿੰ ਅਸੀਂ ਉਸ ਦਾ ਖੜਾ ਨਹੀਂ ਛੱड़ਦੇ ਅਤੇ ਉਸ ਦੀ ਕੁੜਤਨ ਨੂੰ ਹਰ ਵਕਤ ਯਾਦ ਕਰਨਾ ਨਾਲ ਆਪਣਾ ਵਰਤਮਾਨ ਤੇ ਭਵਖੇ ਵੀ ਦੁੱਖਤ ਨਿਰਸ ਅਤੇ ਮੰਤਵਹੀਨ ਬਣਾ ਲੈਂਦੇ ਹਾਂ ਡੰਡਿੰ ਜ਼ਿੰਦਗੀ ਜਦੋਂ ਜੈਦ ਦਾ ਨਾ ਹੈ ਡੰਡਿੰਗ ਇਸ ਵਿੱਚ ਉਤਰਾ ਚੜਾ ਆਉਂਦੇ ਹੀ ਰਹਦੇ ਹਨ ਡੰਡਿੰਗ ਇਹ ਇਸ ਦੇ ਸੁਭਾਵਿਕ ਲੱਛਣ ਹਨ ਡੰਡਿੰਗ ਇਸ ਲਈ insano ਕਿਸੇ ਚੰਗੇ ਪ੍ਰਾਪਤੀ ਤੇ ਖੁਸ਼ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਕਿਸੇ ناکامی ਨੂੰ ਇਹਨਾ ਡੂੰਗਾ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਹੀ ਉਸ ਨਾਲ ਤੋ ਅੱਖਾਂ ਕੇ ਬੈਠੇ ਜਈਏ ਡੰਡਿੰਗ ਜੋ ਬੀਤ ਗਿਆ ਸੋ ਬੀਤ ਗਿਆ ਦੀ ਭਾਵਨਾ ਨੂੰ ਅਮਲੀ ਰੂਪੇ ਦੇ ਨਾਲ ਜਿੰਦਗੀ ਵਿੱਚ ਰੌਚਕਤਾ ਵਧਦੀ ਹੈ ਮਯੂਸੀ ਮੁਕਦੀ ਹੈ ਤੇ ਨਾ ਪੱਖੀ ਭਾਵਨਾਵਾਂ ਹਾਂ ਪੱਖੀ ਭਾਵਨਾਵਾਂ ਵਿੱਚ ਤਬਦੀਲ ਹੋ ਜਾਂਦੀਆਂ ਹਨ ਡੰਡਿੰਗ ਸਿਆਣੇ ਕਹਿੰਦੇ ਹਨ ਕਿ ਅੱਦੇ ਗਲਾਸ ਭਰੇ ਪਾਣੀ ਨੂੰ ਅੱਧਾ ਗਲਾਸ ਭਰਿਆ ਸਮਝਣਾ ਆਸ਼ਾਵਾਦੀ ਜੀਵਨ ਦਾ ਸੂਚਕ ਹੈ ਪਰ ਇਸ ਗਲਾਸ ਨੂੰ ਅੱਧਾ ਖਾਲੀ ਸਮਝਣਾ ਟੈਂਦੀ ਕਲਾ ਮਯੂਸੀ ਨਿਰਸਤਾੰਤੇ ਬੀਤੇ ਨੂੰ ਜਕੜ ਕੇ ਰੱਖਣ ਦੀ ਭਾਵਨਾ ਦਾ ਪ੍ਰਤੀਕ ਹੈ ਡੰਡਿੰਗ ਜੀਵਨ ਨੂੰ ਸੁਚੱਜੇ ਢੰਗ ਨਾਲ ਜਿਉਣਾ ਅਤੇ ਉਸ ਵਿੱਚ ਖੁਸ਼ਹਾਲੀ ਆਸ ਪਿਆਰ ਅਤੇ ਇਤفاق ਭਰਨ ਲਈ ਜ਼ਰੂਰੀ ਹੈ ਕਿ ਅਸੀਂ ਇਸ ਧਾਰਨਾ ਦੇ ਪਾਲਣਾ ਕਰੀਏ ਡੰਡੀ